ਅਸਮਾ ਸਾਹਿਬ ਨੂੰ ਸਾਰੀ ਦੁਨੀਆ ਵੇਖਦੀ ਹੈ ਅਤੇ ਮੁਲਾਕਾਤ ਵੀ ਹੈਲੋ ਹਾਈ ਸਾਡੀ ਹੋਈ ਅਤੇ ਪਹਿਲੀ ਦਫਾ ਬਾਹਰ ਪੰਜਾਬੀ 'ਚ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਅਤੇ ਚੰਗੇ ਭਲੇ ਦਾਨਿਸ਼ਵਰ ਆਦਮੀ ਸਨ ਇਹਨਾਂ ਨੂੰ ਕੀ ਹੋ ਗਿਆ ਇਹ ਕਿਉਂ ਪੰਜਾਬੀ ਬੋਲਣ ਦੀ ਆਈ ਥਿੰਕ ਉਹ ਸਾਡਾ ਇੱਕ ਬਣਿਆ ਹੈ ਔਰ ਮਤਲਬ ਵੈਸੇ ਨਹੀਂ ਪੰਜਾਬੀ ਹਮੇਸ਼ਾ ਸਰ ਜੀ ਪੰਜਾਬੀ ਚੱਕਦੇ ਕਿਉਂ ਨੇ ਆਈ ਮੀਨ ਓਨਰਸ਼ਿਪ ਕਿਉਂ ਨਹੀਂ ਜਿਵੇਂ ਅਸੀਂ ਪਸ਼ਤੂਨਾਂ ਨੂੰ ਵੇਖਦੇ ਹਾਂ ਪਸ਼ਤੂਨ ਸਾਡੇ ਭਰਾ ਆਪਸ 'ਚ ਮਿਲਣਗੇ ਜਾਂ ਭੈਣਾਂ ਅਤੇ ਉਹ ਆਪਸ 'ਚ ਪੰਜਾ ਪਸ਼ਤੂ ਪਸ਼ਤੂ 'ਚ ਗੱਲ ਕਰਨਗੇ ਬਲਕਿ ਉਹ ਇੱਕ ਸਟੈਪ ਅੱਗੇ ਜਾ ਕੇ ਉਹ ਸਭ ਨੂੰ ਪਿੱਛੇ ਕਰਕੇ ਉਹ ਬੋਲਦੇ ਮੇਰਾ ਖਿਆਲ ਜਿਹੜੇ ਸਾਡੇ ਵਰਗੇ ਪੜ੍ਹੇ ਲਿਖੇ ਲੋਕ ਨੇ ਜਾਂ ਅਗਰ ਇਜਾਜ਼ਤ ਦਿਓ ਤਾਂ ਜਿਹੜੇ ਪਾਵਰਫੁੱਲ ਲੋਕ ਨੇ ਹੁਣ ਤੁਸੀਂ ਪਸ਼ਤੂਨ ਭਰਾਵਾਂ ਦੀ ਮਿਸਾਲ ਦਿੱਤੀ ਤੁਸੀਂ ਇਸਲਾਮਾਬਾਦ 'ਚ ਰਹਿੰਦੇ ਹੋ ਕਦੀ ਕਦੀ ਤੁਹਾਡੀ ਮੁਲਾਕਾਤ ਹੁੰਦੀ ਹੋਏਗੀ ਕਿਸੇ ਜਨਰਲ ਨਾਲ ਰਿਟਾਇਰਡ ਜਨਰਲ ਨਾਲ ਅਤੇ ਉਹਨਾਂ 'ਚ ਤੁਸੀਂ ਨੋਟ ਕੀਤਾ ਹੋਣਾ ਕਿ ਕਮਰੇ 'ਚ ਫਰਜ਼ ਕਰੋ ਇੱਕ ਪਸ਼ਤੂਨ ਜਨਰਲ ਖਲੋਤਾ ਅਤੇ ਬਹੁਤ ਜੂਨੀਅਰ ਹਵਾਲਦਾਰ ਵੀ ਆ ਜਾਏਗਾ ਤਾਂ ਆਪਸ ਪਸ਼ਤੋ ਨਾਲ ਗੱਲ ਕਰਨ ਲੱਗ ਪੈਣਗੇ ਕੋਈ ਮਾਇੰਡ ਨਹੀਂ ਕਰੇਗਾ ਤੁਸੀਂ ਜ਼ਿੰਦਗੀ 'ਚ ਕਦੀ ਸਰ ਬਾਜਵਾ ਨੂੰ ਪੰਜਾਬੀ 'ਚ ਗੱਲ ਕਰਦੇ ਸੁਣਿਆ ਨਹੀਂ ਹੈਂ ਕਿਸੇ ਨੇ ਤੁਹਾਡੇ ਨਾਲ ਵੀ ਨਹੀਂ ਕਰਦੇ ਹਾਂਜੀ ਹੈਂ ਅਤੇ ਇਹ ਵੇਖੋ ਨਾ ਹੁਣ ਜਿਹੜਾ ਬੰਦਾ ਪਾਵਰਫੁੱਲ ਹੈ ਜਦੋਂ ਲੋਕ ਸਾਰੇ ਫੋਲੋ ਕਰਨਾ ਚਾਹੁੰਦੇ ਨੇ ਤਾਂ ਉਹ ਹੁਣ ਆਪਣੀ ਜ਼ੁਬਾਨ ਨਹੀਂ ਬੋਲਣਗੇ ਹੁਣ ਬਾਜਵੇ ਪੰਜਾਬੀ ਨਹੀਂ ਬੋਲਣਗੇ ਅਤੇ ਹੋਰ ਕੌਣ ਬੋਲੇਗਾ ਇਹ ਗੱਲ ਹੈ ਇਹ ਇਹ ਮੇਰਾ ਖਿਆਲ ਹੈ ਇਹ ਇਸ ਤਰ੍ਹਾਂ ਦੇ ਜਿਹੜੇ ਅਸੀਂ ਲੋਕ ਆ ਜਿਹੜਿਆਂ ਦੇ ਜਿਹਨਾਂ ਦੀ ਲੋਕ ਗੱਲ ਸੁਣਦੇ ਨੇ ਜਾਂ ਜਿਹੜੇ ਪਾਵਰਫੁੱਲ ਲੋਕ ਨੇ ਜਿਹਨਾਂ ਦਾ ਡੰਡਾ ਚੱਲਦਾ ਹੈ ਅਗਰ ਉਹ ਵੀ ਨਹੀਂ ਬੋਲਣਗੇ ਤਾਂ ਫਿਰ ਅਸੀਂ ਮਤਲਬ ਥੋੜ੍ਹਾ ਜਿਹਾ ਬਾਕੀ ਲੋਕ ਕਹਿੰਦੇ ਨੇ ਕਿ ਫਿਰ ਅਸੀਂ ਕਿਉਂ ਬੋਲੀਏ ਅਤੇ ਇੱਕ ਐਸਪੀਰੇਸ਼ਨਲ ਚੀਜ਼ ਬਣ ਜਾਂਦੀ ਮਤਲਬ ਪਾਕਿਸਤਾਨ 'ਚ ਬੱਚੇ ਨੂੰ ਸਕੂਲ ਭੇਜਣ ਦਾ ਮਤਲਬ ਹੀ ਇਹ ਹੈ ਕਿ ਉਹਦੀ ਇਹਦੀ ਮਾਂ ਬੋਲੀ ਤੋਂ ਜਾਨ ਛੁਡਵਾਈ ਮਤਲਬ ਉਹਨੂੰ ਬਚਾਇਆ ਜਾਏ ਕਿ ਇਹ ਜਿਹੜਾ ਇਹ ਇਹ ਕਿਤੇ ਬੋਲ ਕੇ ਪੰਜਾਬੀ ਇਹ ਖਰਾਬ ਨਾ ਹੋ ਜਾਏ ਔਰ ਮੈਨੂੰ ਕਦੀ ਕਦੀ ਲੱਗਦਾ ਹੈ ਕਹਿਣਾ ਨਹੀਂ ਚਾਹੀਦਾ ਵੈਸੇ ਕਿ ਜੇਕਰ ਬੋਲੀ ਜਾ ਰਹੀ ਹੈ ਜਿਹੜੀ ਤੁਹਾਨੂੰ ਸੜਕਾਂ 'ਤੇ ਸੁਣਦੀ ਹੈ ਉਹ ਤੁਸੀਂ ਸ਼ੁਕਰ ਕਰੋ ਅਨਪੜ੍ਹ ਲੋਕਾਂ ਦਾ ਜਿਹੜੇ ਸਕੂਲ ਨਹੀਂ ਗਏ ਜਿਹੜਾ ਜਿਹੜਾ ਸਕੂਲ ਜਾਏਗਾ ਉਹ ਪੰਜਾਬੀ ਤੋਂ ਫਾਰਗ ਹੁੰਦਾ ਬਿਲਕੁਲ ਔਰ ਬਲਕਿ ਮੈਨੂੰ ਯਾਦ ਆ ਗਿਆ ਕਿ ਅਸੀਂ ਮੈਂ ਇੱਕ ਬੜੀ ਅਹਿਮ ਸ਼ਖਸੀਅਤ ਨਾਲ ਇੰਟਰਵਿਊ ਕਰ ਰਹੀ ਸੀ ਤਾਂ ਉਹਨਾਂ ਨੇ ਦੌਰਾਨੇ ਗੁਫਤਗੂ ਇੱਕ ਗੱਲ ਕੀਤੀ ਉਹਨੇ ਨਿੱਛਾ ਹੀ ਉਹਨਾਂ ਨੂੰ ਛੀਂਕ ਮਤਲਬ